ਚੇਤਨ ਬਾਬਾ ਨਾਨਕ ਜੀ ਦੀ ਬਾਣੀ ਗਾਓ, ਸਿੱਧੂ ਮੂਸੇ ਵਾਲੇ ਜੀ ਸਾਰੇ ਪਾਪ ਧੋਤੇ ਜਾਣਗੇ। ਉਲਟ ਪਾਸੇ ਜਿਆਦਾ ਦੇਖਦੇ ਆ ਗੁਰਬਾਣੀ, ਦੇਖੋ ਕਿਸੇ ਨੂੰ ਹੈ ਯਾਦ? ਨਹੀਂ ਹੈ। ਕਿਸੇ ਨੂੰ ਮੰਦਰ ਹੈ? ਕੋਈ ਦੋਹਾ ਯਾਦ ਹੈ ਕਿਸੇ ਨੂੰ? ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਮੈਂ ਹਾਂ ਸਾਹਿਲ, ਤੇ ਹੁਣ ਅਸੀਂ ਗੱਲ ਕਰਾਂਗੇ ਉਸ ਇਨਸਾਨ ਦੀ ਜੋ ਕਿ ਪੰਜਾਬੀ ਭਾਸ਼ਾ ਨੂੰ ਪ੍ਰਮੋਟ ਕਰਨ ਲਈ ਥਾਂ ਥਾਂ ਜਾਂਦੇ ਨੇ। ਜੀ ਹਾਂ, ਅਸੀਂ ਗੱਲ ਕਰ ਰਹੇ ਹਾਂ ਪੰਡਿਤ ਰਾਓ ਧਰੇਨਵਰ ਦੀ। ਪੰਡਿਤ ਰਾਓ ਧਰੇਨਵਰ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਬੇਹੱਦ ਵਾਇਰਲ ਹੋ ਰਹੀ ਹੈ। ਇਸ ਵੀਡੀਓ ਦੇ ਵਿੱਚ ਪੰਡਿਤ ਰਾਓ ਧਰੇਨਵਰ ਸਿੱਧੂ ਮੂਸੇਵਾਲੇ ਦਾ ਵਿਰੋਧ ਕਰਦੇ ਨਜ਼ਰ ਆ ਰਹੇ ਸਨ, ਪਰ ਜਦ ਸਿੱਧੂ ਮੂਸੇਵਾਲੇ ਦੇ ਫੈਨਸ ਨੇ ਆ ਕੇ ਪੰਡਿਤ ਰਾਓ ਧਰੇਨਵਰ ਨੂੰ ਕੁਝ ਸਵਾਲ ਪੁੱਛੇ ਤਾਂ ਦੇਖੋ ਪੰਡਿਤ ਰਾਓ ਧਰੇਨਵਰ ਨੇ ਕੀ ਜਵਾਬ ਦਿੱਤੇ। ਖੜੇ ਹੋ ਤੁਸੀਂ, ਹੋਰ ਕਿਸੇ ਸਿੰਗਰ ਨੂੰ ਨਹੀਂ ਲਿਆ? ਤੁਸੀਂ ਸੋਚ ਕੇ ਬੋਲਣਾ, ਹਾਈਕੋਰਟ ਦੇ ਵਿੱਚ ਪੇਸ਼ ਹੋਈ, ਤੁਹਾਡੇ ਵੀ ਹੋਏਗੀ, ਕੋਈ ਗੱਲ ਨਹੀਂ, ਸੋਚ ਕੇ ਬੋਲਣਾ, ਬਿਨਾਂ ਸੋਚ ਕੇ ਬੋਲਣਾ, ਕਿਉਂਕਿ 2 ਸਾਲ ਤੋਂ ਮੈਂ ਕੇਸ ਲੜਦਾ ਪਿਆ ਹਾਈਕੋਰਟ ਦੇ ਵਿੱਚ। ਠੀਕ ਹੈ, ਸੋਚ ਕੇ ਸਮਝ ਕੇ ਬੋਲਣਾ, ਸੋਚ ਕੇ ਬੋਲਣਾ, ਲੈ ਬਈ ਸੋਚ ਕੇ ਬੋਲਣਾ, ਰਿਕਾਰਡਿੰਗ ਹੋ ਰਹੀ ਹੈ। ਹਾਂ ਹਾਂ, ਕੋਈ ਗੱਲ ਨਹੀਂ ਬਾਈ ਜੀ, ਹਾਂ ਹਾਂ, ਸੋਚ ਕੇ ਬੋਲੋ। ਤੁਸੀਂ ਹੋਰ ਕਿਸੇ ਸਿੰਗਰ ਨੂੰ ਲਿਆ? ਬਹੁਤ ਸਾਰੇ ਮਨਕੀਰਤ ਔਲਖ ਪੰਜਾਬ ਯੂਨੀਵਰਸਿਟੀ ਆਏ ਸੀਗਾ, ਮੈਂ ਇੱਕ ਮੂਸੇਵਾਲੇ ਦਾ, ਮੂਸੇਵਾਲੇ ਕੱਲ ਆ ਰਹੇ ਨੇ, ਕੱਲ ਆ ਰਹੇ ਨੇ, ਤਾਂ ਹੀ ਕਹਿ ਰਿਹਾ ਮੈਂ। ਨਾ ਨਾ, ਸ਼ਾਇਦ ਤੁਹਾਨੂੰ ਕਿਸੇ ਨੇ ਕੱਲ ਪੈਸੇ ਦਿੱਤੇ ਹੋਣ, ਸਾਨੂੰ ਲੱਗਦਾ ਹੈ ਕਿ ਪੈਸੇ ਦੇ ਕੇ, ਸ਼ਾਇਦ ਪੈਸੇ ਦਿੱਤੇ ਹੋਣ। ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਇਹ ਬੱਚੇ, ਇਹਨਾਂ ਨੂੰ ਪਤਾ ਨਹੀਂ ਹੈ, ਮੈਂ 2 ਸਾਲ ਤੋਂ ਲੜਦਾ ਪਿਆ ਹੈ, ਹਾਈਕੋਰਟ ਦੇ ਵਿੱਚ ਕੇਸ ਚੱਲਦਾ ਪਿਆ ਹੈ। ਇਸ ਦੇ ਇਲਾਵਾ ਹਾਈਕੋਰਟ ਤੋਂ ਇਲਾਵਾ ਪੰਜਾਬ ਪੁਲਿਸ, ਚੰਡੀਗੜ੍ਹ ਪੁਲਿਸ ਵਿੱਚ ਕੇਸ ਦਰਜ ਹੈਗਾ, ਉੱਥੇ ਕੇਸ ਚੱਲਦਾ ਪਿਆ। ਮੈਂ ਅਸਿਸਟੈਂਟ ਪ੍ਰੋਫੈਸਰ ਹਾਂ, ਮੈਨੂੰ ਕੋਈ ਪੈਸੇ ਦੀ ਲੋੜ ਨਹੀਂ ਹੈ। ਗਲਤ ਬੱਚੇ ਨੂੰ, ਨਿੱਕਾ ਬੱਚਾ, ਇਹਨਾਂ ਨੂੰ ਮਾਫ਼ ਕਰ ਦਿਓ। ਮੈਂ ਅਸਿਸਟੈਂਟ ਪ੍ਰੋਫੈਸਰ ਹਾਂ, ਮੈਂ ਕਰਨਾਟਕ ਤੋਂ ਹਾਂ। ਫਾਰ ਯੋਰ ਕਾਈਂਡ ਇਨਫੋਰਮੇਸ਼ਨ, ਆਈ ਹੈਵ 90,000 ਰੁਪੀਸ ਸੈਲਰੀ, 70,000 ਰੁਪੀਸ ਆਈ ਗੈਟ ਇਨ ਹੈਂਡ, 30,000 ਆਈ ਸੈਂਡ ਫਾਰ ਦਿਸ ਵਰਕ ਓਨਲੀ। ਆਈ ਡੋਨਟ ਟੇਕ ਮਾਈ ਸਿੰਗਲ ਪੈਨੀ। ਤੁਹਾਡਾ ਕੀ ਨਾਮ ਹੈ? ਤੁਹਾਨੂੰ ਕਿਉਂ ਲੱਗ ਰਿਹਾ ਕਿ ਇਹਨਾਂ ਨੂੰ ਪੈਸੇ ਦਿੱਤੇ ਹੋਣਗੇ? ਹਾਂਜੀ, ਮੈਂ ਤਾਂ ਕਹਿ ਰਿਹਾ ਵੀ ਕਿਉਂਕਿ ਕੱਲ ਉਹਨਾਂ ਦਾ ਲਾਈਵ ਸ਼ੋਅ ਆ ਜੀ। ਹਾਂਜੀ, ਇਹ ਤਾਂ ਹੀ ਕਹਿ ਰਹੇ ਨੇ, ਕਦੇ ਨਹੀਂ ਖੜੇ ਇੱਥੇ, ਕੱਲ ਇਹਨਾਂ ਦਾ ਲਾਈਵ ਸ਼ੋਅ ਆ ਜੀ। ਪਹਿਲੀ ਵਾਰੀ ਦੇਖਿਆ ਹੈ ਇਹਨਾਂ ਨੇ, ਕੱਲੇ ਮੂਸੇਵਾਲੇ ਦਾ ਬੋਰਡ ਲਾਇਆ ਹੈ, ਹੋਰ ਵੀ ਬਹੁਤ ਸਿੰਗਰ ਨੇ ਜੋ ਉਹਨਾਂ ਤੋਂ ਪਹਿਲਾਂ ਹਥਿਆਰਾਂ ਦੇ, ਜੋ ਤੁਸੀਂ ਗਾਣੇ ਕਹਿ ਰਹੇ ਹੋ ਕੱਢ ਰਹੇ ਹੋ, ਸ਼ਾਇਦ ਤੁਹਾਨੂੰ, ਸ਼ਾਇਦ ਤੁਹਾਨੂੰ ਕੱਲ ਨੂੰ ਕਿਰੀ ਤੌਲਕ ਆਇਆ ਸੀ ਪੰਜਾਬ ਯੂਨੀਵਰਸਿਟੀ ਦੇ ਵਿੱਚ, ਜਿੱਥੇ ਉਹਨਾਂ ਨੂੰ ਸਟੇਜ ਤੇ ਥੱਲੇ ਉਤਾਰਿਆ ਗਿਆ। ਤੁਹਾਨੂੰ ਪਤਾ ਹੋਏਗਾ ਉਹ, ਮੈਨੇ ਪੁਲਿਸ ਕੰਪਲੀਟ ਕੀਤਾ। ਉਸ ਤੋਂ ਅਲਾ ਸਿੱਧੂ ਮੂਸੇਵਾਲਾ ਪੰਜਾਬ ਯੂਨੀਵਰਸਿਟੀ ਆਇਆ ਸੀਗਾ ਪਿਛਲੇ ਸਾਲ, ਉੱਥੇ ਵੀ ਕੰਪਲੀਟ ਹੋਇਆ, ਉੱਥੇ ਵੀ ਬੰਦ ਹੋਇਆ ਸੀ ਉਹਨਾਂ ਦੀ ਸ਼ੋਅ। ਹਰ ਥਾਂ ਤੇ ਮੈਂ ਕੰਮ ਕਰਦਾ, ਇਹ ਨਾ ਦੱਸੋ ਕਿ ਮੈਂ ਇਕੱਲੇ ਇਹਨਾਂ ਦੇ ਲਈ ਬੰਦ ਕਰਨ ਲਿਆ ਆਇਆ, ਹਰ ਥਾਂ ਤੇ ਮੈਂ ਪਹੁੰਚਦਾ ਹੈ। ਇਸ ਤੋਂ ਅਲਾਵਾ ਜੱਜੀ ਵੀ ਕਲਾਗ੍ਰਾਮਾਂ ਦੇ ਵਿੱਚ ਆਇਆ ਸੀ, ਉੱਥੇ ਵੀ ਮੈਂ ਕੰਪਲੇਂਟ ਕੀਤਾ, ਉਸ ਤੋਂ ਬਾਅਦ ਜੱਜੀ ਵੀ ਇੱਕ ਵੀ ਗਾਣਾ ਨਹੀਂ ਗਾਇਆ। ਹਰ ਥਾਂ ਤੇ ਮੈਂ ਪਹੁੰਚਦਾ, ਇਹਨਾਂ ਦੇ ਬੱਚੇ ਨੂੰ ਮਾਫ਼ ਕਰ ਦਿਓ, ਪੈਸੇ ਦੀ ਗੱਲ ਛੱਡ ਦਿਓ, ਤੁਹਾਨੂੰ ਪਤਾ ਨਹੀਂ, ਤੁਹਾਨੂੰ ਪੂਰਾ ਇਤਿਹਾਸ, ਮੇਰੇ ਗੱਲ ਦਾ ਇੱਕ ਜਵਾਬ ਦੇ ਦਿਓ ਵੀ ਤੁਸੀਂ ਸਰ ਕੁਝ ਬੋਲ ਰਹੇ। ਹਾਂਜੀ ਹਾਂਜੀ, ਇੱਕ ਤਾਂ ਇਹ ਤਾਂ ਬੰਦਾ ਸਹੀ ਹੈ, ਆਪਣੇ ਯੂਥ ਨੂੰ ਵੀ ਇਹ ਚਾਹੀਦਾ। ਸੁਣੋ ਮੇਰੀ ਗੱਲ, ਆਪਾਂ ਜਿਹੜਾ ਗਾਲਾਂ ਗੋਲੀਆਂ 24 ਘੰਟੇ ਉਹੀ ਗਾਣੇ, ਉਹੀ ਆਪਣੇ ਬੱਚੇ ਹੋ ਰਹੇ ਆ। ਹਾਂਜੀ ਹਾਂਜੀ, ਚਲੋ ਮੈਨੂੰ ਇਸ ਗੱਲ ਦਾ ਜਵਾਬ ਸੁਣਿਆ ਸੀ, ਇੱਕ ਬਾਬਾ ਸੁਣਿਆ ਤਾਂ ਬਾਬਾ, ਦੇਖੋ ਜੀ ਸਾਡਾ ਨਹੀਂ, ਸਾਰਿਆਂ ਦਾ ਸਾਂਝਾ ਹੀ ਆ, ਵਿਚਾਰੇ ਖੇਤੀ ਕਰਦੇ ਕਰਦੇ ਮਰ ਗਏ। ਆਪਾਂ ਛੋਟੀ ਛੋਟੀ ਗੱਲਾਂ ਵਿੱਚ ਇੱਕ ਅਗਰ ਖੜਿਆ, ਉਸ ਨੂੰ ਸੋਚੋ ਕਿਉਂ ਖੜਿਆ ਇਹ। ਅਗਰ ਆਪਾਂ ਸਾਰੇ ਇਕੱਠੇ ਮਿਲ ਕੇ ਇਹ ਗਾਲਾਂ, ਆਪਣੀ ਭੈਣਾਂ ਵੀ ਬਾਹਰ ਜਾਂਦੀਆਂ ਕਮੈਂਟ ਮਾਰਦੇ ਆ ਵੈਸੇ ਸਾਰੇ, ਹੈ ਉਹੀ ਗੱਲ, ਉਹੀ ਸਿੰਗਰ ਨੂੰ ਸੋਚਦੇ ਸੀ। ਪਲੀਜ਼ ਸਹੀ ਗੱਲ, ਗਾਲ ਨਹੀਂ ਕੱਢੋ ਪਲੀਜ਼। ਨਹੀਂ ਮੈਡਮ, ਪਤਾ ਕਿਆ ਚੱਕਰ ਹੈ, ਉਹੀ ਸੋਚਦੇ ਆਪਾਂ, ਹੈ ਸਿੰਗਰ ਗਾਲਾਂ ਕੱਢ ਦੂੰਗੇ ਹਥਿਆਰਾਂ ਵਾਲੇ ਗਾਣੇ, ਯਾਰ ਆਪਣੀ ਭੈਣਾਂ ਬੇਟੀਆਂ ਸਾਰੀਆਂ ਜਾ ਰਹੀਆਂ ਤਾਂ ਉਹਨਾਂ ਦੇ ਸਾਹਮਣੇ ਵੀ ਹੋ ਸਕਦਾ ਇਹਨਾਂ ਨੂੰ ਕਿਸੇ ਨੇ ਪੈਸੇ ਦੇ ਕੇ ਵੀ ਕਿਹਾ ਹੋਵੇ ਵੀ ਕੱਲ ਨੂੰ ਇਹਨਾਂ ਦਾ ਲਾਈਵ ਸ਼ੋਅ ਹੈ, ਜਿੱਥੇ ਇਹਨਾਂ ਦਾ ਲਾਈਵ ਸ਼ੋਅ ਹੈ। ਕੋਈ ਬਈ ਸਾਡੇ ਰਿਸ਼ਤੇਦਾਰੀ ਆ ਉਹ, ਮੈਂ ਤਾਂ ਕਹਿਣਾ ਵੀ ਤੇਰਾ ਮਿਰਚਾਂ ਤਾਂ ਲੱਗ ਰਹੀਆਂ, ਮਿਰਚਾਂ ਤਾਂ ਨਹੀਂ ਲੱਗ ਰਹੀਆਂ, ਮਿਰਚਾਂ ਤਾਂ ਲੱਗ ਰਹੀਆਂ ਕਿ ਉਹ ਕੱਲ ਚੜ ਗਿਆ, ਚੜ ਗਿਆ, ਮਿਰਚਾਂ ਤਾਂ ਲੱਗ ਰਹੀਆਂ, ਚੱਲੇ ਉਹੀ ਰਿਹਾ ਹੁਣ, ਫੇਰ ਮਿਰਚਾਂ ਤਾਂ ਲੱਗ ਰਹੀਆਂ ਨਾ। ਦੇਖੋ ਪਤਾ ਕਿਆ ਚੱਕਰ ਹੈ, ਇਹਦਾ ਵਧੀਆ ਸਮਾਂ ਗੁਰਦੁਆਰੇ ਦੇ ਸਾਹਮਣੇ ਖੜਾ, ਗਲਤ ਕੰਮ ਤਾਂ ਹੋਣਾ ਨਹੀਂ ਚਾਹੀਦਾ, ਗਾਣੇ ਚਾਹੀਦੇ ਨਹੀਂ ਯਾਰ। ਇੱਕ ਸਿੰਗਰ ਬੰਦ ਹੋਊਗਾ 10 ਬੰਦ ਹੋਊਗੇ, ਤੂੰ ਰਿਸ਼ਤੇਦਾਰ ਹੈ, ਮੈਂ ਸਿੰਗਰਾਂ ਨਾਲ ਸਾਰਿਆਂ ਨਾਲ ਚੱਲਦਾ, ਚੱਲਦੇ ਹੋ, ਮੈਂ ਤੁਹਾਨੂੰ ਇਹ ਕਹਿ ਰਿਹਾ ਵੀ ਤੁਸੀਂ ਇਹਨੂੰ ਕਿਉਂ ਅੱਜ ਮੁੱਖ ਲਿਆ? ਉਹ ਯਾਰ ਮੇਰਾ ਰਿਸ਼ਤੇਦਾਰ ਥੋੜਾ, ਮੈਂ ਤਾਂ ਗੱਡੀ ਉਹ ਦੇਖ ਲਿਆ ਰੋਕੀ ਵੀ, ਉਹ ਵੀ ਜਾ ਰਿਹਾ ਤਾਂ ਮੈਂ, ਠੀਕ ਆ, ਇਹ ਤਾਂ ਕੋਈ ਚਾਲ ਆ ਜੀ, ਤੂੰ ਹੈ ਸਿੱਧੂ ਦੇ ਕੱਲ ਲਾਈਵ ਸ਼ੋਅ ਆਈ, ਤਾਂ ਬੋਲ ਰਿਹਾ ਬੰਦਾ ਉਹ ਚੜ ਗਿਆ ਉਸ ਨਾਲ, ਪੈਸੇ ਨਹੀਂ ਲੈ ਕੇ, ਮੈਂ ਕਦੇ ਵੇਖਿਆ ਨਹੀਂ ਗੁਰਦੁਆਰਾ, ਮੈਂ ਰੋਜ਼ ਆਉਣਾ ਜੀ, ਅੱਜ ਹੀ ਕਿਉਂ ਇਹ ਖੜਾ?
ਮੈਂ ਦੇਖਿਆ ਹੋ ਸਕਦਾ ਵੀ ਤੁਹਾਨੂੰ ਕਿਸੇ ਨੇ ਦੱਸੋ ਜੀ ਦੱਸੋ ਬਹੁਤ ਵਧੀਆ ਬਹੁਤ ਵਧੀਆ ਸਪੋਰਟ ਹੈ ਠੀਕ ਹੈ ਨਾ ਗਲਤ ਗੱਲ ਤਾਂ ਗੱਲ ਹੈ ਆਪਾਂ ਯੂਥ ਸਾਰੇ ਉਹਨਾਂ ਦੀ ਗਾਲਾਂ ਚੱਕ ਲੈਣੀ ਜੱਟ ਜਿਹੜੇ ਭੁੱਖੇ ਮਰੇ ਉਹਨਾਂ ਨੂੰ ਉਹਨਾਂ ਦੀ ਗਾਲਾਂ ਗਾਣੇ ਕਿਉਂ ਨਹੀਂ ਕੱਢਦੇ ਹੈ ਕਰਜ਼ ਕਰੋੜਾਂ ਰੁਪਏ ਪੰਜਾਬ ਪਾ ਚੜਿਆ ਵਾ ਉਹ ਕਿਉਂ ਨਹੀਂ ਦੇਖਦੇ ਬਿਲਕੁਲ ਸਰ ਜ਼ਮੀਨ ਸਾਰੀ ਵੇਚਦੀ ਲੋਕਾਂ ਨੇ ਇੱਥੇ ਜੀ ਸਾਰੇ ਇਲਾਕੇ 'ਚ ਪਰ ਤੁਸੀਂ ਇੱਕ ਗੱਲ ਦੱਸੋ ਜੀ ਹਾਂਜੀ ਮੈਮ ਜੇ ਅਗਲਾ ਲਿਖਦਾ ਇੱਦਾਂ ਦੇ ਗਾਣੇ ਸੁਣਦੀ ਵੀ ਤਾਂ ਜਨਤਾ ਹੀ ਹੈ ਤਾਂ ਹੀ ਚੜ ਰਿਹਾ ਹੈ ਇੱਕ ਮਿੰਟ ਮੰਨ ਗਿਆ ਇਹ ਕਲਯੁਗ ਹੈ ਜੀ ਆਪਾਂ ਉਲਟ ਪਾਸੇ ਨੂੰ ਜ਼ਿਆਦਾ ਦੇਖਦੇ ਆ ਜੀ ਗੁਰਬਾਣੀ ਦੇਖੋ ਕਿਸੇ ਨੂੰ ਹੈ ਯਾਦ ਨਹੀਂ ਹੈ ਕਿਸੇ ਨੂੰ ਮੰਦਰ ਦਾ ਹੈ ਕੋਈ ਦੋਹਾ ਯਾਦ ਹੈ ਕਿਸੇ ਨੂੰ ਹੁਣ ਗਾਣਾ ਸੁਣ ਲਓ ਛੋਟੇ ਛੋਟੇ ਨੂੰ ਬਸ ਬੱਚੇ ਨੂੰ ਫੋਨ ਨਾਲ ਤੇ ਲਾਇਆ ਵਾ ਉਹ ਗਲਤ ਕੰਮ ਤੇ ਲੱਗੇ ਹੋਏ ਸਾਰੇ ਰੈਂਡੀ ਬਣ ਗਿਆ ਸਾਰੇ ਸੁਣ ਰਹੇ ਨੇ ਸਾਰੇ ਬਸ ਜੇ ਕੋਈ ਚੰਗੇ ਕੰਮ ਚੰਗੇ ਗਾਣੇ ਸੁਣਦਾ ਤਾਂ ਚੰਗੇ ਬੰਦੇ ਨੂੰ ਮੈਂ ਬੰਦਾ ਹੀ ਨਹੀਂ ਸਮਝਦੇ ਉਹਨੂੰ ਫੇਰ ਬੰਦਾ ਹੀ ਨਹੀਂ ਸਮਝਦੇ ਹੁਣ ਅਗਲਾ ਘਰ ਬਾਰ ਛੱਡ ਕੇ ਹਰੇਕ ਵੇਲਾ ਨਹੀਂ ਹੈ ਜੀ 500 ਰੁਪਏ ਦਿਹਾੜੀ ਮਜ਼ਦੂਰ ਲੈਂਦਾ ਜੀ ਅਗਲਾ ਖੜਾ ਪਰ ਸਪੋਰਟ ਕਰਨੀ ਚਾਹੀਦੀ ਪਰ ਸਪੋਰਟ ਨਹੀਂ ਕੋਈ ਕਰਦਾ ਕਿਸੇ ਨੂੰ ਵੀ ਨਹੀਂ ਸਪੋਰਟ ਮਿਲਦੀ ਪੰਡਿਤ ਜੀ ਆਪਕੋ ਨਹੀਂ ਮੈਨੂੰ ਲੱਗਦਾ ਹੈ ਇਹੋ ਜਿਹਾ ਨੌਜਵਾਨ ਮੁੰਡੇ ਜ਼ਰੂਰ ਮੇਰੇ ਨਾਲ ਨੇ ਪੂਰਾ ਪੰਜਾਬ ਮੇਰੇ ਨਾਲ ਹੈਗਾ ਮੈਨੂੰ ਪੂਰਾ ਆਸ ਤੂ ਮੈਂ ਤਾਂ ਮੈਨੂੰ ਤਾਂ ਇੱਕੋ ਇੱਕ ਚਾਹੀਦਾ ਜੀ ਪੰਜਾਬੀ ਭਾਸ਼ਾ ਪਵਿੱਤਰ ਇਸ ਭਾਸ਼ਾ ਦੇ ਵਿੱਚ ਲੱਚਰ ਸ਼ਰਾਬੀ ਹਥਿਆਰੀ ਗਾਰੇ ਨਹੀਂ ਬਣਨਾ ਚਾਹੀਦਾ ਮੈਂ ਤਾਂ ਲੜਦਾ ਰਹਾਂਗਾ ਭਾਵੇਂ ਕੋਈ ਵੀ ਹੋ ਕੁਛ ਵੀ ਅੱਛਾ ਮੈਂ ਇਹ ਦੇਖੋ ਇਹ ਕੋਈ ਪੰਜਾਬੀ ਥੋੜਾ ਰਾਈਟ ਵਿਚਾਰਾ ਇਸ ਦੀ ਸ਼ਕਲ ਦੇਖੋ ਅਰ ਕਹਾਂ ਸੇ ਬੋਲ ਰਿਹਾ ਹੈ ਕਰਨਾਟਕ ਜਦ ਕਿ ਅਸੀਂ ਪੰਜਾਬੀ ਹੈ ਸਾਨੂੰ ਖੁਦ ਇਹ ਆਵਾਜ਼ ਉਠਾਉਣੀ ਚਾਹੀਦੀ ਹੈ ਇਹ ਪੰਡਿਤ ਜੀ ਤਾਂ ਕਾਫੀ ਦੇਰ ਤੋਂ ਲੱਗੇ ਹੋਏ ਆ ਪੰਜਾਬੀ ਭਾਸ਼ਾ ਵਾਸਤੇ ਬਚਾਉਣ ਦੀ ਕੋਸ਼ਿਸ਼ ਕਰ ਰਹੇ ਨੇ ਮੈਂ ਦੇਖਿਆ ਇਹਨਾਂ ਨੂੰ ਫੋਲੋ ਕਰਦੀ ਹਾਂ ਮੈਂ ਸੋ ਬਹੁਤ ਹੁਣ ਬਹਿਸ ਛਿੜ ਪਈ ਹੈ ਜੀ ਐਂਡ ਦੇਖਣ ਵਾਲੀ ਗੱਲ ਹੋਏਗੀ ਕਿ ਸਿੱਧੂ ਕੱਲ੍ਹ ਪਰਫੋਰਮ ਕਰਦੇ ਹੈ ਕਿ ਨਹੀਂ ਕਰਦੇ ਜੇ ਕਰਨਗੇ ਤਾਂ ਪੰਡਿਤ ਜੀ ਇੱਥੇ ਖੜੇ ਹੋਏ ਆ ਸ਼ਾਇਦ ਕੱਲ੍ਹ ਆ ਕੇ ਪੰਡਿਤ ਜੀ ਕੱਲ੍ਹ ਜੇ ਕਰਨਗੇ ਫਿਰ ਤੁਸੀਂ ਉੱਥੇ ਜਾਓਗੇ ਜੀ ਮੈਨੂੰ ਪੂਰਾ ਆਸ ਤੇ ਉਮੀਦ ਹੈ ਸਿੱਧੂ ਸੁਖਦੀਪ ਸਿੰਘ ਔਰ ਸਿੱਧੂ ਮੌਸ਼ਾਵਾਲਾ ਕੱਲ੍ਹ ਜ਼ਰੂਰ ਇਹੋ ਜਿਹਾ ਬੰਦੂਕ ਵਾਲੇ ਨਹੀਂ ਗਾਉਣਗੇ ਚੰਗੇ ਗਾਣੇ ਗਾਉਣਗੇ ਮੈਂ ਜ਼ਰੂਰ ਚਾਹਾਂਗਾ ਤੁਸੀਂ ਉਹਨਾਂ ਦੇ ਗਾਣੇ ਸੁਣੇ ਆ ਮੈਂ ਸਾਰੇ ਗਾਣਾ ਸੁਣਿਆ ਜੀ ਕਿਹੜਾ ਵਾਲਾ ਤੁਹਾਨੂੰ ਲੱਗਦਾ ਉਹਨਾਂ ਨੂੰ ਨਹੀਂ ਗਾਣਾ ਚਾਹੀਦਾ ਨਹੀਂ ਜਿਵੇਂ ਜੱਟੂ ਉਸ ਪਿੰਡ ਦੇ ਬਿਲੋਂਗ ਕਰਦਾ ਜਿੱਥੇ ਮਾਰ ਕੇ ਕਸੂਰ ਪੁੱਛਦਾ ਜੇਕਰ ਉਹ ਗਾਊਗਾ ਤਾਂ ਕਿਸ ਚਲੇਗੀ ਅੱਛਾ ਛੱਡਣਾ ਨਹੀਂ ਅੱਛਾ ਕਿਉਂਕਿ ਉਹ ਗੈਰ ਕਾਨੂੰਨੀ ਗਾਣਾ ਚੰਗੇ ਗਾਣਾ ਗਾਓ ਸ਼ਹਾਦਤ ਦੀ ਗਾਣਾ ਗਾਓ 500 ਸ਼ਹਾਦ ਹੋਏ ਨੇ ਇਹੋ ਜਿਹਾ ਗਾਣਾ ਇਹ ਪੂਰਾ ਸ਼ਹਿਰ ਸਾਹਿਬਜ਼ਾਦਾ ਅਜੀਤ ਸਿੰਘ ਦੇ ਨਾਂ ਤੇ ਉਹਨਾਂ ਦੇ ਜ਼ਿਕਰ ਕਰਦੇ ਹੋਏ ਸਲਾਮ ਕਰਦੇ ਹੋਏ ਗਾਣਾ ਗਾਓ ਪੰਜਾਬੀ ਅਤੀ ਦੀ ਗਾਣਾ ਗਾਓ ਜੇ ਨਹੀਂ ਗਾਉਣਗੇ SSP ਸਾਹਿਬ ਉੱਥੇ ਹੋਣਗੇ ਜੀ DC ਸਾਹਿਬ ਵੀ ਸਾਹਿਬਾ ਪਹੁੰਚਣਗੇ ਉਸ ਤੋਂ ਬਾਅਦ ਵੀ ਜੇ ਗਾਉਣਗੇ ਤਾਂ ਆਪਣੇ ਆਪੇ ਉੱਤਣਗੇ ਗੌਰਮੈਂਟ ਕਾਲਜ ਸੈਕਟਰ 46 ਚੰਡੀਗੜ੍ਹ ਜੀ ਜੀ ਆਓ ਜ਼ਰੂਰ ਬਾਕੀ ਤੁਸੀਂ ਪੰਜਾਬ ਜੀ ਕਿਉਂ ਕਰ ਰਹੇ ਤੁਹਾਡੇ ਕਰਨਾਟਕਾ ਚ ਸਹੀ ਹੈ ਸਾਰਾ ਕੁਝ ਯਾਰ ਹੋਰ ਪਾਸੇ ਹੈ ਕਿਤੇ ਗੁੰਡਾ ਕਰਦੇ ਹੋ ਆਪਾਂ ਕਿਹੜਾ ਜਾ ਕੇ ਦੇਖਿਆ ਨਾ 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 ਨਹੀਂ ਹੈ ਤਾਂ ਪੰਜਾਬੀ ਨੂੰ ਬਦਨਾਮ ਨਹੀਂ ਨਾ ਹਾਂ ਗੱਲ ਗੱਲ ਹੈ ਪੱਗ ਵੀ ਬੰਨੀ ਹੋਈ ਹੈ ਕਿਉਂ ਬੰਨੀ ਹੋਈ ਹੈ ਪਤਾ ਕੀ ਚੱਕਰ ਹੈ ਐਮਟੀ ਤਾਂ ਬੰਨੀ ਹੈ ਪਰ ਨਹੀਂ ਮੇਰੇ ਕਹਿਣ ਦਾ ਇੱਕ ਮਤਲਬ ਹੈ ਮੇਰੀ ਗੱਲ ਸੁਣ ਇੱਕ ਗੱਲ ਕੱਲ ਨੂੰ ਸ਼ਾਇਦ ਉਹਨਾਂ ਦਾ ਸ਼ੋਅ ਹੈ ਸੁਣਦਾ ਲੈ ਉਹ ਸੁਣਦਾ ਲੈ ਪਹਿਲਾਂ ਬੋਲ ਰਿਹਾ ਬੋਲੋ ਬੋਲੋ ਭਾਈ ਜਿਹੜਾ ਤੁਹਾਡਾ ਰਿਸ਼ਤੇਦਾਰ ਹੈ ਜੋ ਵੀ ਆ ਹਾਂਜੀ ਹਾਂਜੀ ਚਲੋ ਚੰਗੇ ਵੀ ਗਾਉਂਦਾ ਮਾੜੇ ਵੀ ਗਾਉਂਦਾ ਪਰ ਕਦੇ ਸਿੱਖੀ ਵਾਲਾ ਗਾਣਾ ਸੁਣਿਆ ਪਤਾ ਕੀ ਆ ਹੁਣ ਪਿੱਛੇ ਯਾਰ ਉਹ ਹੋਈ ਸੀ ਲਾਈਵ ਹੋਈ ਸੀ ਜਦੋਂ ਉਹ ਰਸ਼ੀਅਨ ਟੈਂਕ ਗਾਣਾ ਆਇਆ ਸੀ ਨਾ ਕਿਸੇ ਗੁਰਦਾਸ ਮਾਨ ਦਾ ਤੈਨੂੰ ਕੋਈ ਗਾਣਾ ਸੁਣਿਆ ਨਾ ਗੁਰਦਾਸ ਮਾਨ ਕੋਈ ਕਰਦਾ ਹੈ ਕੋਈ ਹਰੇ ਕਿਉਂ ਨਹੀਂ ਕਰਦਾ ਕਿਉਂਕਿ ਬਹੁਤ ਜ਼ਿਆਦਾ ਬੰਦੇ ਚ ਉਹ ਖਾਸ ਬੰਦਾ ਹੋ ਭਈ ਜਿਹੋ ਜੇ ਗਾਣਾ ਨਾ ਜਨਤਾ ਪਸੰਦ ਆ ਜਾਂਦੀ ਕਦੀ ਵੀ ਦੇਖੇ ਜਾ ਸੁਣਿਆ ਨਾ ਸਾਰੇ ਹੁਣ ਪੁਰਾਣੇ ਸਿੰਗਰ ਹਨ ਵਧੀਆ ਵਧੀਆ ਗਾਣੇ ਸੁਣਾਉਂਦੇ ਆ ਚੰਗਿੱਲਾ ਵੀ ਹੈਗਾ ਸੀ ਮੇਰੇ ਗਾਣਾ ਇੱਕ ਸੁਣਿਆ ਤੁਸੀਂ ਬੰਦਾ ਉਹ ਚੰਗਿੱਲਾ ਦਾ ਹੁਣ ਤੁਹਾਨੂੰ ਨਾਲ ਹੋਣਾ ਚਾਹੀਦਾ ਬਈ ਨਾਲ ਮੈਂ ਬਾਕੀ ਇਹਨੇ ਕੱਲੇ ਬਾਈ ਸਿੱਧੂ ਦਾ ਕਾਹਨੂੰ ਨਾਂ ਲਿਖਿਆ ਹੋਰ 36 ਸਿੰਗਰ ਆ ਬਾਈ ਸਾਰੇ ਦੇ ਖਿਲਾਫ ਸਾਰੇ ਨਾਮ ਕੱਲਾ ਸਿੱਧੂ ਮੂਸੇਵਾਲਾ ਆ ਰਹੇ ਨੇ ਉਹ ਇਸ ਲਈ ਇਹਨਾਂ ਨੂੰ ਨਾਲ ਕੱਢਿਆ ਗਿਆ ਅੱਜ ਤਲਜੀਤ ਵੀ ਆਉਂਦਾ ਪਿਆ ਅੱਜ ਨਹੀਂ ਉਹਨਾਂ ਨੂੰ ਵੀ ਨੋਟਿਸ ਕੱਢਿਆ ਗਿਆ ਸਾਰੇ ਨੂੰ ਜਿਹੜੇ ਗਲਤ ਗਾਣਾ ਗਾਏ ਨੇ ਤਲਜੀਤ ਦਾ ਕਾਹਨੂੰ ਨਹੀਂ ਪੁੱਛਿਆ ਸਾਰੇ ਦੇ ਸਾਰੇ ਜਿੰਨੇ ਵੀ ਹੈ ਉਹਨਾਂ ਦਾ SSP ਦਫ਼ਤਰ ਜਾਓ ਪੁੱਛੋ
ਦਲਜੀਤ ਸਿੰਘ ਦੀ ਜੇ ਉਹ ਕਿਹੜਾ ਗਾਣਾ ਸੀਗਾ ਉਹ ਜਿੱਥੇ ਜੈਟ ਫਾਇਰ ਕਰਦਾ ਫਾਇਰ ਕਰਦਾ ਮਿੱਤਰਾਂ ਕੇਸ ਚੱਲਦਾ ਪਿਆ ਜੀ ਗੋਲੀਆਂ ਤੇ ਸੁਣ ਲੈ ਕਿੰਨੇ ਬੰਦੇ ਮਰ ਲਏ ਪਤਾ ਨਾ ਫਿਰ ਮੈਂ ਤਾਂ ਇਹ ਪੁੱਛ ਰਿਹਾ ਡਾਂਸਰਾਂ ਐ ਸਿੰਗਰ 50-100 ਸਿੰਗਰ ਹੋਰ ਹੋਊਗਾ ਉਹਨਾਂ ਦਾ ਕਾਹਦੋਂ ਨਹੀਂ ਨਾਮ ਲਿਖਿਆ ਇਕੱਲੇ ਬਾਈ ਸਿੱਧੂ ਮੂਸੇ ਵਾਲਾ ਦਾ ਨਾਮ ਲਿਖਿਆ ਸ਼ਾਇਦ ਵਿੱਚ ਕੁਛ ਸਿੱਧੂ ਮੂਸੇਵਾਲਾ ਦੇ ਫੈਨਸ ਵੱਲੋਂ ਪੁੱਛੇ ਗਏ ਪੰਡਿਤ ਰਾਓ ਤ੍ਰੇਨਵਰ ਦੇ ਦਿੱਤੇ ਗਏ ਜਵਾਬ ਬਾਰੇ ਤੁਹਾਡੀ ਕੀ ਰਾਏ ਹੈ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸੋ ਨੀਚੇ ਦਿੱਤੇ ਗਏ ਕਮੈਂਟ ਬਾਕਸ ਦੇ ਵਿੱਚ ਅਤੇ ਨਵੇਂ ਅਤੇ ਲੇਟੈਸਟ ਅਪਡੇਟਸ ਦੇ ਲਈ ਤੁਸੀਂ ਜੁੜੇ ਰਹਿਣਾ ਦੈਨਿਕ ਸਵੇਰਾ ਟੀਵੀ ਦੇ ਨਾਲ ਐਂਡ ਡੋਂਟ ਫੋਰਗੇਟ ਟੂ ਸਬਸਕ੍ਰਾਈਬ ਆਰ ਯੂਟਿਊਬ ਚੈਨਲ ਸਵੇਰਾ ਸਟਾਰ ਟਾਕਸ। ਤੁਹਾਡਾ ਕੈਨੇਡਾ ਤੋਂ ਵੀਜ਼ਾ ਰਿਫਿਊਜ਼ ਹੈ ਅਤੇ ਵੀਜ਼ਾ ਰਿਫਿਊਜ਼ ਹੁੰਦਾ ਕੋਰਸ ਦੀ ਗਲਤ ਚੋਣ ਦੇ ਨਾਲ। ਜੇਕਰ ਦੁਬਾਰਾ ਅਪਲਾਈ ਕਰਨਾ ਚਾਹੁੰਦੇ ਹੋ ਸਾਨੂੰ ਇਸ ਨੰਬਰ 'ਤੇ ਵਟਸਐਪ ਕਰੋ ਔਰ ਆਪਣਾ ਕੈਨੇਡਾ ਜਾਣ ਦਾ ਸੁਪਨਾ ਸਾਕਾਰ ਕਰੋ। ਮੀਆਂ ਰਫੀਕ ਮੁਹੰਮਦ, ਫ੍ਰੀ ਸੇਵਾ ਫ੍ਰੀ ਸਮਾਧਾਨ, 51 ਮਿੰਟਾਂ ਵਿੱਚ ਘਰ ਬੈਠੇ ਹੁਣ ਤੱਕ ਹੇਠ ਲਿਖੇ ਰਿਕਾਰਡ ਕੇਸ ਹਲ, ਵਸ਼ੀਕਰਨ, ਲਵ ਮੈਰਿਜ, PR, ਲੋਟਰੀ ਸੱਟਾ ਨੰਬਰ, ਸੰਤਾਨਹੀਨਤਾ ਦੇ ਧੋਖਾ ਖਾਏ ਭੈਣ ਭਰਾ ਲਈ ਫ੍ਰੀ ਸੇਵਾ, ਸਿੱਧੀਆਂ ਅਤੇ ਚਾਰ ਇਲਮਾਂ ਦੇ ਬੇਤਾਜ ਬਾਦਸ਼ਾਹ, ਤਕਦੀਰ ਕਦੋਂ ਬਦਲੇਗੀ, ਸੱਚਾ ਪਿਆਰ ਮਿਲੇਗਾ ਜਾਂ ਨਹੀਂ, ਲੋਟਰੀ ਨੰਬਰ ਪਾਓ। ਜੇਕਰ ਤੁਹਾਡਾ ਅਜੇ ਤੱਕ ਕੰਮ ਨਹੀਂ ਹੋਇਆ ਤਾਂ ਇੱਧਰ ਉੱਧਰ ਨਾ ਭਟਕੋ, ਸਾਨੂੰ ਫੋਨ ਕਰੋ। ਮੀਆਂ ਰਫੀਕ ਮੁਹੰਮਦ।